ਹੋਮਵਰਕ ਨਾ ਕਰਨ ਤੇ ਸਕੂਲੋਂ ਭੱਜ ਗਏ ਦੋ ਬੱਚੇ। ਬੱਚਿਆਂ ਦੀ ਉਡੀਕ 'ਚ ਮਾਪਿਆਂ ਦੇ ਸੁੱਕ ਗਏ ਸਾਂ। ਦੋਹਾਂ ਬੱਚਿਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੱਟੀ ਰਾਤ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਰਾਹੀਂ ਬੱਚਿਆਂ ਦੀ ਕੀਤੀ ਭਾਲ। ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋ ਸਕੂਲੀ ਵਿਦਿਆਰਥੀ ਹੋਮਵਰਕ ਨਾ ਕਰਨ ਤੇ ਸਕੂਲੋਂ ਭੱਜ ਜਾਂਦੇ ਨੇ, ਜਿਸ ਤੋਂ ਬਾਅਦ ਮਾਪੇ ਪਰੇਸ਼ਾਨ ਹੋ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਕਿ ਦੇਰ ਸ਼ਾਮ ਤੱਕ ਸਾਡੇ ਬੱਚੇ ਘਰ ਨਹੀਂ ਆਏ, ਆਖਿਰ ਕਿੱਧਰੇ ਚਲੇ ਗਏ। ਜਿਸ ਤੋਂ ਬਾਅਦ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਰਾਹੀਂ ਬੱਚਿਆਂ ਦੀ ਭਾਲ ਦੇ ਵਿੱਚ ਜੁੜ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਸਵੇਰੇ 8:30 ਦੇ ਕਰੀਬਨ ਦੋਵੇਂ ਵਿਦਿਆਰਥੀ ਸਕੂਲ ਪਹੁੰਚਦੇ ਨੇ ਅਤੇ ਸਕੂਲ 'ਚ ਦਾਖਲ ਹੋਣ ਦੀ ਬਜਾਏ ਇਹ 10 ਮਿੰਟ ਬਾਅਦ ਹੀ ਸਕੂਲੋਂ ਕਿਧਰੇ ਭੱਜ ਜਾਂਦੇ ਨੇ ਅਤੇ ਦੁਪਹਿਰ ਤੱਕ ਜਦ ਬੱਚੇ ਘਰ ਨਹੀਂ ਆਉਂਦੇ ਤਾਂ ਪਰਿਵਾਰ ਪਰੇਸ਼ਾਨ ਹੋ ਜਾਂਦਾ। ਮਾਪਿਆਂ ਦੇ ਵੱਲੋਂ ਸਕੂਲ ਪ੍ਰਸ਼ਾਸਨ ਤੋਂ ਵੀ ਪੁੱਛਿਆ ਜਾਂਦਾ ਅਤੇ ਇਸ ਬਾਬਤ ਉਹ ਆਂਢ ਗੁਆਂਢ 'ਚ ਵੀ ਦੇਖਦੇ ਨੇ ਕਿ ਸਾਡੇ ਬੱਚੇ ਕਿਧਰੇ ਚਲ ਗਏ। ਪਰ ਜਦ ਦੇਰ ਸ਼ਾਮ ਤੱਕ ਦੋਵੇਂ ਬੱਚੇ ਆਪਣੇ ਆਪਣੇ ਘਰ ਨਹੀਂ ਪਹੁੰਚਦੇ ਤਾਂ ਫਿਰ ਉਹ ਪੁਲਿਸ ਨੂੰ ਸੂਚਿਤ ਕਰਦੇ ਨੇ ਕਿ ਆਖਰ ਦੇਰ ਸ਼ਾਮ ਹੋ ਗਈ ਹੈ, ਸਾਡੇ ਬੱਚੇ ਹੁਣ ਤੱਕ ਘਰ ਕਿਉਂ ਨਹੀਂ ਆ। ਪਰ ਦੂਸਰੇ ਪਾਸੇ ਦੋਵੇਂ ਵਿਦਿਆਰਥੀ ਸਕੂਲੋਂ ਭੱਜ ਕੇ ਦਰਬਾਰ ਸਾਹਿਬ ਵਿਖੇ ਕਈ ਘੰਟਿਆਂ ਤੱਕ ਰੁਕੇ ਰਹੇ ਅਤੇ ਇੱਥੋਂ ਤੱਕ ਕਿ ਰਾਤ ਵੀ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਬਿਤਾਈ ਅਤੇ ਜਦ ਸਵੇਰ ਨੂੰ ਉਹ ਅੰਮ੍ਰਿਤਸਰ ਦੇ ਇੱਕ ਨਿੱਜੀ ਮਾਲ ਨੂੰ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਉਹ ਪੁਲਿਸ ਨੇ ਉਹਨਾਂ ਨੂੰ ਰੋਕਿਆ ਅਤੇ ਦੇਖਿਆ ਇਹ ਤਾਂ ਉਹੀ ਦੋ ਬੱਚੇ ਨੇ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ ਅਤੇ ਫਿਰ ਉਹਨਾਂ ਨੇ ਦੋਹਾਂ ਬੱਚਿਆਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਬੀਤੇ ਦਿਨ ਤੋਂ ਹੀ ਪਰਿਵਾਰ ਪਰੇਸ਼ਾਨ ਸੀ ਕਿ ਦੋਵੇਂ ਬੱਚੇ ਤਾਂ ਸਕੂਲ ਗਏ ਸੀ, ਆਖਿਰ ਘਰ ਕਿਉਂ ਨਹੀਂ ਆਏ। ਪਰ ਬੱਚਿਆਂ ਦਾ ਕਹਿਣਾ ਸੀ ਕਿ ਹੋਮਵਰਕ ਨਾ ਕਰਨ 'ਤੇ ਉਹ ਸਕੂਲੋਂ ਭੱਜ ਗਏ ਸੀ ਅਤੇ ਇੱਕ ਦਿਨ ਉਹ ਘਰੋਂ ਬਾਹਰ ਰਹੇ। ਨਾ ਹੀ ਪਰਿਵਾਰ ਨੂੰ ਪਤਾ ਸੀ ਕਿ ਸਾਡੇ ਬੱਚੇ ਕਿੱਧਰੇ ਗਏ ਅਤੇ ਨਾ ਹੀ ਬੱਚੇ ਦੱਸ ਕੇ ਗਏ ਸੀ ਕਿ ਉਹ ਕਿੱਧਰ ਜਾ ਰਹੇ ਨੇ। ਮਾਪਿਆਂ ਦੇ ਸਾਹ ਸੁੱਕੇ ਹੋਏ ਸੀ ਕਿ ਸਾਡੇ ਬੱਚੇ ਕਿੱਧਰੇ ਗਏ ਨੇ। ਪਰ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਰਾਹੀਂ ਦੋਵੇਂ ਬੱਚਿਆਂ ਦੀ ਭਾਲ ਕੀਤੀ ਅਤੇ ਲੱਭਣ ਤੋਂ ਬਾਅਦ ਦੋਵੇਂ ਬੱਚਿਆਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ। ਕੱਲ੍ਹ ਇੱਕ ਕੰਪਲੇਂਟ ਮਿਲੀ ਸੀ ਜਿਹਦੇ ਵਿੱਚ ਦੋ ਲੜਕੇ ਜਿਹੜੇ ਆ, ਲੱਕੀ ਨਾਰ ਅਤੇ ਦੂਸਰਾ ਹੈਗਾ ਸੂਰਜ ਸੋਨੀ, ਇਹ ਜਿਹੜੇ ਆ ਸਕੂਲ ਗਏ ਸੀ ਡਰਮਾ ਵਾਲੇ ਬਾਜ਼ਾਰ, 8:30 ਸਕੂਲ ਪਹੁੰਚੇ ਸੀ। ਉਸ ਤੋਂ ਬਾਅਦ 10 ਮਿੰਟ ਬਾਅਦ ਇਹ ਬਿਨਾਂ ਦੱਸੇ ਪੁੱਛੇ ਉੱਥੋਂ ਜਿਹੜੇ ਆ ਸਕੂਲ ਤੋਂ ਚਲੇ ਗਏ ਸੀ, ਜਿਸ 'ਤੇ ਇਹਨਾਂ ਦੇ ਵਾਰਸਾਂ ਨੇ ਜਿਹੜੀ ਆ ਇੱਥੇ ਕੰਪਲੇਂਟ ਕੀਤੀ ਸੀ, ਜਿਸ 'ਤੇ ਮਾਣਯੋਗ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਕ ਤੁਰੰਤ ਹਰਕਤ 'ਚ ਆਉਂਦਿਆਂ ਵੱਖ ਵੱਖ ਟੀਮਾਂ ਬਣਾ ਕੇ ਜਿਹੜੇ ਆ ਸੀਸੀਟੀਵੀ ਕੈਮਰੇ ਵਾਚੇ ਗਏ ਅਤੇ ਇਹਨਾਂ ਨੂੰ ਜਿਹੜਾ ਵਾ ਸੀਸੀਟੀਵੀ ਦੀ ਮਦਦ ਨਾਲ ਜਿਹੜਾ ਵਾ ਤੁਰੰਤ ਉਹਨਾਂ ਨੂੰ ਕਾਰਵਾਈ ਕਰਦਿਆਂ ਜਿਹੜਾ ਵਾ ਉਹ ਇਹਨਾਂ ਨੂੰ ਟਰੇਸ ਕਰਕੇ ਅਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਵਾ ਵਾਰਸਾਂ ਦੇ ਹਵਾਲੇ ਕੀਤਾ ਗਿਆ। ਇਹ ਜੀ ਰਾਤ ਦਰਬਾਰ ਸਾਹਿਬ ਰਹੇ ਸੀ ਜੀ, ਉਸ ਤੋਂ ਬਾਅਦ ਇਹ ਅਲਫਾ 1 ਪੁਲ ਤੇ ਜਾ ਰਹੇ ਸੀ। ਠੀਕ ਹੈ, ਨਹੀਂ ਜੀ ਸੀਸੀਟੀਵੀ ਦੇ ਮੁਤਾਬਕ ਵੀ ਜਿਹੜਾ ਵਾ ਉਹ ਸਵੇਰੇ ਇਹ ਜਿਹੜਾ ਜਾਂਦੇ 8:40 ਤੇ ਆਪਣੇ ਆਪ ਹੀ ਇਹ ਜਿਹੜੇ ਦੋਨੋਂ ਗਏ ਆ ਜੀ ਸਕੂਲ ਤੋਂ ਜੀ। ਸਕੂਲੋਂ ਕਹਿੰਦੇ ਸੀ ਅਸੀਂ ਕੰਮ ਨਹੀਂ ਕੀਤਾ ਜੀ ਉਹਦਾ ਸਕੂਲ ਦਾ ਜੀ, ਉਹਦੇ ਕਰਕੇ ਡਰ ਕਰਕੇ ਅਸੀਂ ਜਿਹੜਾ ਵਾ ਸਕੂਲ ਤੋਂ ਚਲੇ ਗਏ ਸੀ। ਕੱਲ੍ਹ ਸਾਡੇ ਬੱਚੇ ਜੀ ਆਪਣਾ ਆਰ ਐਸ ਪਬਲਿਕ ਸਕੂਲ ਤੋਂ 97 ਮਿੰਟ ਤੋਂ ਕਿਤੇ ਮਤਲਬ ਭਟਕ ਗਏ, ਚਲ ਗਏ ਸੀ ਕਿਤੇ, ਸਾਰੀ ਦਿਹਾੜੀ ਅਸੀਂ ਲੱਭਦੇ ਰਹੇ ਜੀ ਪਰ ਮਿਲੇ ਨਹੀਂ। ਫਿਰ ਅਸੀਂ ਆਣ ਕੇ ਇੱਥੇ ਆਪਣਾ ਬੀ ਡਿਵੀਜ਼ਨ ਦੇ ਵਿੱਚ ਕੰਪਲੇਂਟ ਕੀਤੀ, ਸਰਦਾਰ ਹਰਿੰਦਰ ਸਿੰਘ ਐਸ ਐਚ ਓ ਸਾਹਿਬ ਨੂੰ ਮਿਲੇ ਅਤੇ ਉਹਨਾਂ ਨੇ ਆਪਣੀ ਸਾਰੀ ਸਮੁੱਚੀ ਟੀਮ ਲਾ ਕੇ ਸਾਰੀ ਰਾਤ ਆਪਣਾ ਭਾਲ ਕਰਦੇ ਰਹੇ, ਕੈਮਰੇ ਖੋਲ੍ਹੇ ਅਤੇ ਸਵੇਰੇ 7 ਵਜੇ ਇਹ ਬੱਚੇ ਸਾਨੂੰ ਮਿਲੇ।
ਉਹ ਵੀ ਇਹਨਾਂ ਦੇ ਪੁਲਿਸ ਦੀ ਮਿਹਰਬਾਨੀ ਕਰਕੇ, ਆਪਣੇ ਐਸ ਐਸ ਓ ਸਾਹਿਬ ਦੀ ਮਿਹਰਬਾਨੀ ਅਤੇ ਕੁਲਜੀਤ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ, ਜਿਹਨਾਂ ਨੇ ਦਿਸ਼ਾ ਨਿਰਦੇਸ਼ ਅਨੁਸਾਰ ਸਾਰੀ ਪੁਲਿਸ ਨੇ ਸਾਰੀ ਰਾਤ ਮਿਹਨਤ ਸਦਕਾ ਸਾਨੂੰ ਬੱਚੇ ਸਾਨੂੰ ਮਿਲ ਗਏ। ਬਹੁਤ ਬਹੁਤ ਧੰਨਵਾਦ ਸਾਰੀ ਪੁਲਿਸ ਸਮੁੱਚੀ ਟੀਮ ਦਾ।